ਤੁਹਾਡਾ ਨਾਮ? ਮੇਰਾ ਨਾਮ ਜਿੰਦੀਪ ਪਲੰਬਰ ਚੱਲਦਾ। ਹਾਂਜੀ, ਕੀ ਗੱਲਬਾਤ ਕੀ ਹੋਈ ਇੱਥੇ? ਗੱਲਬਾਤ ਭਾਜੀ ਪਤਾ ਨਹੀਂ, ਹੁਣ ਸਵੇਰੇ 6 ਸਾਢੇ 6 ਵਜੇ ਦੀ ਗੱਲ ਹੈ। ਇਹ ਤਾਂ ਉਧਰ ਨਾਲ ਦੇ ਘਰ 'ਚ ਸੁੱਤੇ ਪਏ। ਕੀ ਉਦਾਂ ਹੋਇਆ ਕੀ ਹੈ ਵੈਸੇ ਇੱਥੇ? ਭਾਜੀ ਇੱਥੇ ਕੋਈ ਬੰਦਾ ਆਇਆ, ਉਹ ਸਾਹਮਣੇ ਨੇ ਦੇਖਿਆ ਤੇ ਮੇਰੀ ਭਰਜਾਈ ਨੇ ਦਰਵਾਜ਼ਾ ਖੋਲਿਆ ਤੇ ਉਹ ਮੁੰਡਾ ਚਾਹ ਬਣਾਉਂਦਾ ਸੀ। ਕੀ ਨਾਮ ਸੀਗਾ? ਰੋਹਿਤ ਕੁਮਾਰ। ਅੱਛਾ ਜੀ। ਤੇ ਉਹ ਗੋਲੀਆਂ ਮਾਰ ਕੇ ਇੱਥੋਂ ਭੱਜ ਗਿਆ। ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਣ? ਦੇਖਣੇ ਪੈਣੇ ਭਾਜੀ। ਤੁਹਾਨੂੰ ਕਿਸੇ ਤੇ ਸ਼ੱਕ ਵਗੈਰਾ ਕੋਈ ਨਹੀਂ? ਹੱਲੇ ਨਹੀਂ ਕੁਛ। ਕੋਈ ਰੰਜਿਸ਼ ਵਗੈਰਾ ਚੱਲ ਰਹੀ ਸੀ ਜਾਂ ਕੋਈ ਗੱਲਬਾਤ ਸੀ? ਕੋਈ ਰੰਜਿਸ਼ ਨਹੀਂ, ਮੈਂ ਉਹਦੇ ਮੁੰਡੇ ਦਾ ਚਾਚਾ ਹਾਂ। ਅੱਛਾ ਜੀ। ਪੁਲਿਸ ਆਈ ਸੀ ਮੌਕੇ ਤੇ? ਪੁਲਿਸ ਆਈ ਹੈ। ਤੇ ਹੁਣ ਤੁਸੀਂ ਕੀ ਮੰਗ ਕਰਦੇ ਆ? ਪੁਲਿਸ ਕਾਰਵਾਈ ਕਰਦੀ ਆ, ਮੇਰਾ ਵੱਡਾ ਭਰਾ ਆਉਂਦਾ ਤੇ ਫਿਰ ਦੇਖਦੇ ਆ ਕੀ ਕਰਨਾ। ਤੁਸੀਂ ਉਹਦਾ ਕੀ ਮੰਗ ਕਰਦੇ ਹੈਗੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹਦੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ। ਸਾਡਾ 25 ਦਾ 30 ਸਾਲ ਦਾ ਨਿਆਣਾ, ਜਿਹਨੇ ਵੀ ਇੱਕ ਦੁਰਘਟਨਾ ਕੀਤੀ ਉਹ 'ਤੇ ਕਾਰਵਾਈ ਕੀਤੀ ਜਾਵੇ। ਕੀ ਨਾਮ ਜੀ ਆਪਣਾ? ਕੀ ਗੱਲਬਾਤ ਕੀ ਹੋਈ ਇੱਥੇ? ਪਤਾ ਨਹੀਂ ਜੀ, ਮੈਂ ਤਾਂ ਸਵੇਰੇ ਸੈਰ ਕਰਨ ਗਿਆ ਸੀਗਾ 7 ਵਜੇ, 7:30 ਵਜੇ ਪਤਾ ਲੱਗਾ ਵੀ ਇੱਦਾਂ ਦਾ ਗੱਲ, ਮੁੰਡੇ ਨੂੰ ਗੋਲੀ ਮਾਰਤੀ ਆ ਤੇ ਜਦ ਆਏ ਤੇ ਉਹ ਲਹੂਲੁਹਾਨ ਹੋਇਆ ਸੀ, ਪਤਾ ਨਹੀਂ ਲੱਗਾ ਵੀ ਕੌਣ ਮਾਰ ਕੇ ਚਲਾ ਗਿਆ। ਲੋਹਾਰੇ ਦਾ ਰਹਿਣ ਵਾਲਾ ਪੀ ਐਸ ਸਦਰ ਜਲੰਧਰ, ਇਹ ਸਵੇਰੇ ਆਪਣੀ ਐਕਟਿਵਾ ਤੇ ਆਇਆ ਹੈਗਾ, ਤਕਰੀਬਨ 6:50 ਤੇ ਐਕਟਿਵਾ ਇਸ ਗਲੀ ਦੇ ਬਾਹਰ ਲਗਾਈ ਹੈ। ਅੰਦਰ ਆ ਕੇ ਆਪਣੇ ਜਿਹੜੇ ਦੇਸੀ ਕੱਟਾ ਜਿਹੜਾ ਫਿਗਰ ਹੋਇਆ 32 ਬੋਰ, ਉਹਦੇ ਨਾਲ ਉਹਨੇ ਫਾਇਰ ਕੀਤੇ ਆ। ਇੱਥੇ ਇੱਕ ਰੋਹਿਤ ਨਾਂ ਦਾ ਮੁੰਡਾ ਸੀਗਾ ਜਿਸ ਦੇ ਫਾਇਰ ਲੱਗੇ ਤੇ ਉਹਦੀ ਮੌਕੇ ਤੇ ਮੌਤ ਹੋ ਗਈ। ਕੀ ਸਰ ਇਹ ਰੰਜਿਸ਼ਬਾਜ਼ੀ ਲੱਗ ਰਹੀ ਹੈ? ਇਹ ਬੇਸਿਕਲੀ ਇਹ ਜਿਹੜਾ ਜਸਵਿੰਦਰ ਹੈਗਾ ਪਿੱਛੋਂ ਇਹ ਹੈਬੋਵਾਲ ਦੇ ਏਰੀਏ 'ਚ ਵੀ ਆਪਣੀ ਵਾਈਫ ਤੇ ਸੱਸ ਦੇ ਉੱਤੇ ਅਟੈਕ ਕਰਕੇ ਆਇਆ। ਠੀਕ ਹੈ। ਉੱਥੇ ਵੀ ਪਹਿਲਾਂ ਉਹਨੇ ਫਾਇਰ ਕੀਤਾ, ਉਸ ਤੋਂ ਬਾਅਦ ਇੱਥੇ ਆ ਕੇ ਇਹਨੇ ਫਾਇਰ ਕੀਤਾ। ਸਰ ਕੀ ਲੱਗਦਾ ਕੀ ਮਾਮਲਾ? ਜਸਵਿੰਦਰ ਜਿਹੜਾ ਸੀਗਾ ਇਹਨਾਂ ਦੇ ਫੈਮਿਲੀ ਦੇ ਨੂਨ ਸੀਗਾ। ਅੱਛਾ ਜੀ। ਤੇ ਬਾਕੀ ਜਿਹੜੀ ਇਹਦੇ ਵਿੱਚ ਪੁਲਿਸ ਸਾਰੀ ਥਿਊਰੀਜ਼ ਤੇ ਗੱਲ ਕਰ ਰਹੀ ਹੈ, ਕੋਈ ਪੈਸੇ ਦਾ ਲੈਣ ਦੇਣ ਹੋਵੇ ਜਾਂ ਕੋਈ ਹੋਰ ਐਂਗਲ ਹੋਵੇ, ਇਸ 'ਤੇ ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। 302 ਦਾ ਅਸੀਂ ਪਰਚਾ ਰਜਿਸਟਰ ਕਰਤਾ ਤੇ ਪੁਲਿਸ ਇਜ਼ ਵਰਕਿੰਗ ਔਨ ਆਲ ਦਾ ਥਿਊਰੀ। ਸਰ ਰਾਊਂਡ ਕਿੰਨੇ ਮਿਲੇ ਹੋਏ ਮੌਕੇ ਤੇ? ਇੱਥੇ ਮੌਕੇ ਤੇ 2 ਜਿਹੜੇ ਰਾਊਂਡ ਮਿਲੇ, ਇੱਕ ਮਿਸਫਾਇਰ ਹੋਇਆ ਤੇ ਇੱਕ ਜਿਹੜਾ ਚੱਲਿਆ ਹੋਇਆ। ਅਸੀਂ ਦੇਖਦੇ ਹਾਂ ਸਵੇਰੇ 7 ਵਜੇ ਦਾ ਲਗਭਗ ਟਾਈਮ ਸੀਗਾ ਜੀ। ਇੱਕ ਮੁੰਡਾ ਕੋ ਆਇਆ ਸਕੂਟਰੀ 'ਤੇ ਆਇਆ, ਇੱਕ ਵਾਰ ਅੰਦਰ ਗਿਆ ਮੁੰਡਾ, ਆਪਣਾ ਗੇਟ ਖੁੱਲ੍ਹਾ ਸੀ ਜ਼ਮੀਨ ਆਪਣਾ ਐਂਟਰੀ ਗੇਟ, ਅਤੇ ਅੰਦਰ ਕਿਚਨ 'ਚ ਜਾ ਬਣਾਉਂਦੇ ਮੁੰਡਾ ਗੋਲੀ ਮਾਰ ਕੇ ਅਤੇ ਉੱਥੇ ਉਸੇ ਟਾਈਮ ਨੱਸ ਗਿਆ ਜੀ। ਅਤੇ ਸਰ ਜਿੰਨੀ ਵੀ ਇਨਕੁਆਇਰੀ ਕੀਤੀ ਉਹ 'ਚ ਕੀ ਲੱਗਦਾ ਜੀ, ਕੀ ਕਾਰਨ ਹੋ ਸਕਦਾ ਕਤਲ ਦਾ ਜੀ? ਪਤਾ ਨਹੀਂ, ਅੱਜ ਤਾਂ ਕਰ ਰਹੇ ਇਨਵੈਸਟੀਗੇਸ਼ਨ, ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ। ਹੁਣ ਮੁੰਡੇ ਨੂੰ ਪੁੱਛਿਆ, ਬਰਦਨ ਪੁੱਛਿਆ, ਉਹ ਜਿੰਮ ਦਾ ਟ੍ਰੇਨਰ ਆ ਉਹ ਜੀ, ਉਹ ਕਹਿੰਦਾ ਵੀ ਅੱਜ ਤੱਕ ਕਿਸੇ ਨਾਲ ਨਾ ਲੜਾਈ ਝਗੜਾ, ਨਾ ਕੋਈ ਇੱਦਾਂ ਦੀ ਗੱਲ ਸੁਣੀ ਹੈ, ਕਿ ਨਾ ਕੋਈ ਆਪਣਾ ਕਿ ਸਾਨੂੰ ਸ਼ੱਕ ਕਿਤੇ ਹੈਗਾ ਅੱਜ ਤੱਕ ਜੀ। ਸਰ ਜਿਹੜੀ ਸਕੂਟਰੀ ਦਾ ਨੰਬਰ ਟਰੇਸ ਹੋਇਆ ਆ, ਉਹ ਤੋਂ ਕੋਈ ਪਤਾ ਲੱਗਾ ਜੀ? ਕੋਈ ਸਕੂਟਰੀ ਇਹਦੀ ਆਪਣੀ ਹੈ ਜਾਂ ਕੋਈ? ਨਹੀਂ ਜੀ, ਅੱਜ ਕਰ ਰਹੇ ਹਾਂ, ਟਰੇਸ ਕਰ ਰਹੇ ਹਾਂ ਜੀ। ਸਕੂਟਰੀ ਦਾ ਪਾਇਆ ਸੀ, ਉਹਦੇ ਵਿੱਚ ਆਪਣਾ ਨੰਬਰ ਉਹ ਟਰੇਸ ਕਰ ਰਹੇ ਹਾਂ, ਕਿਹਦੇ ਨਾਲ ਐਡਰੈਸ ਆ। ਅੱਛਾ ਜੀ। ਉਹ ਕਰਕੇ ਉਹਨੂੰ ਕਾਰਵਾਈ ਕਰ ਦੇਖਦੇ ਹਾਂ ਕਿਹੜੇ ਬੰਦੇ ਨਾਲ ਰਹੇ। ਬੋੜੀ ਆਈ, ਕੀ ਕਾਰਨ ਹੈ ਤੇ ਕੀ ਲੱਗਦਾ? ਇੱਕ ਸਾਡੇ ਕੋਲ ਤਕਰੀਬਨ 9:30 ਵਜੇ ਨੂਰ ਮਹਿਤ ਤੋਂ ਇੱਕ ਡੈਡ ਬੋਡੀ, ਜਿਹਨਾਂ ਦਾ ਕਿ ਨਾਮ ਰੋਹਿਤ ਕੁਮਾਰ ਹੈ, ਸਾਨਾ ਫਰਾਮ ਲਭਾਇਆ, ਉਮਰ ਕਰੀਬ 30 ਸਾਲ ਹੈ। ਹਾਂਜੀ। ਇੱਕ ਡੈਡ ਬੋਡੀ ਆਈ ਆ ਨੂਰ ਮਹਿਲ ਪੁਲਿਸ ਸਟੇਸ਼ਨ ਤੋਂ, ਜਿਹੜੇ ਇੰਪਲੋਈਜ਼ ਔਰ ਖਾ ਕੇ ਗਏ ਆ, ਉਹਨਾਂ ਦੇ ਹਿਸਾਬ ਨਾਲ ਇਹ ਕੋਈ ਗੋਲੀ ਲੱਗੀ, ਉਹਨਾਂ ਦੀ ਡੈਥ ਹੋਈ ਹੈ। ਬਾਕੀ ਗੱਲਬਾਤ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗੀ।